ਇੱਕ ਪਾਸੇ ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ, ਦੂਜੇ ਪਾਸੇ ਕਿਸਾਨਾਂ ਵੱਲੋਂ ਅੱਜ ਖੁਦ ਹੀ ਪਾਰਲੀਮੈਂਟ ਲਾਇਆ ਗਿਆ, ਪਾਰਲੀਮੈਂਟ ਜੰਤਰ ਮੰਤਰ 'ਤੇ ਲਾਇਆ ਗਿਆ, ਜਿੱਥੇ ਬੀਤੇ ਕਾਫੀ ਦਿਨਾਂ ਤੋਂ ਕਾਂਗਰਸ ਪਾਰਟੀ ਵੱਲੋਂ ਵੀ ਧਰਨਾ ਦਿੱਤਾ ਜਾ ਰਿਹਾ। ਗੱਲ ਕਰਾਂਗੇ ਸਾਡੇ ਨਾਲ ਸੰਸਦ ਗੁਰਜੀਤ ਔਜਲਾ ਜੀ ਮੌਜੂਦ। ਔਜਲਾ ਸਾਹਿਬ, ਕਾਫੀ ਸਮੇਂ ਤੋਂ ਤੁਸੀਂ ਬੈਠੇ ਹੋ, ਅੱਜ ਕਿਸਾਨ ਵੀ ਸੰਸਦ ਲਾ ਕੇ ਬਹਿ ਗਏ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਾਨੂੰ ਤਾਂ ਇਸ ਗੱਲ ਦਾ ਮਾਣ ਹੈ ਕਿ ਜਿਹੜੀ ਗੱਲ ਕਿਸਾਨ ਲੈ ਕੇ ਪੰਜਾਬ ਤੋਂ ਚੱਲਿਆ ਸੀ ਕਿ ਅਸੀਂ ਜੰਤਰ ਮੰਤਰ ਪਹੁੰਚਣਾ, ਅਸੀਂ 10 ਦਿਨ ਬਾਅਦ ਇੱਥੇ ਧਰਨਾ ਸ਼ੁਰੂ ਕਰਤਾ ਸੀ, ਕਿਉਂਕਿ ਪਹਿਲਾਂ ਜੀ ਉੱਥੇ ਸਪੋਰਟ ਕਰਨੀ ਚਾਹੀਦੀ। ਫਿਰ ਕਿਸਾਨਾਂ ਨੇ ਕਿਹਾ ਸੀ ਤੁਸੀਂ ਪੋਲੀਟੀਕਲ ਪਾਰਟੀਆਂ ਨਾ ਆਉਣ ਅਤੇ ਆਪਣਾ ਧਰਨਾ ਆਪ ਕਰਨ। ਉਦੋਂ ਬੜੇ ਯੁੱਧ ਦੇ ਨਾਲ ਇੱਥੇ ਧਰਨਾ ਲੱਗਾ ਸੀ, ਕਿਉਂਕਿ ਪੁਲਿਸ ਲਾਉਣ ਨਹੀਂ ਦੇਣਾ ਚਾਹੁੰਦੀ। ਸੋ ਅੱਜ ਕਿਸਾਨ ਉੱਥੇ ਪਹੁੰਚੇ ਨੇ, ਬੜਾ ਚੰਗਾ ਲੱਗਾ ਆ ਔਰ ਬੜੀ ਵਧੀਆ ਗੱਲ ਹੈ, ਔਰ ਇਹਦਾ ਮੈਸੇਜ ਜਿਹੜਾ ਹੈ ਸਾਰੀ ਦੁਨੀਆ 'ਤੇ ਜਾਊਗਾ, ਔਰ ਕੁਦਰਤੀ ਲੋਕਾਂ ਦਾ ਪਹਿਲਾਂ ਹੀ ਝੁਕਾਅ ਇਸ ਗੱਲ ਵੱਲ ਹੈਗਾ, ਕਿਉਂਕਿ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਨਾ, ਇਕੱਲਾ ਕਿਸਾਨੀ ਮੁੱਦਾ ਨਹੀਂ ਗਾ, ਇਹਦੇ ਨਾਲ ਮਜ਼ਦੂਰ ਅਤੇ ਆਮ ਆਦਮੀ ਦਾ ਮੁੱਦਾ ਜਿਹੜਾ ਜ਼ਿਆਦਾ ਹੈ, ਕਿਉਂਕਿ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ, ਭਾਵੇਂ ਉਹਦਾ ਦੂਰ ਨੇੜੇ ਦਾ ਵਾਸਤਾ ਨਾ ਹੋਵੇ, ਪਰ ਉਹ ਅੰਨ 'ਤੇ ਖਾਂਦਾ ਨਾ, ਉਹ ਅੰਨ ਜਿਹੜਾ ਬਹੁਤ ਮਹਿੰਗਾ ਹੋਣ ਜਾ ਰਿਹਾ, ਜਿਹੜਾ ਦੁਕਾਨਾਂ ਤੋਂ ਆਪਾਂ ਖਰੀਦਦੇ, ਉਹਦੀ ਲੜਾਈ ਕਿਸਾਨ ਲੜ ਰਿਹਾ। ਸੋ ਅੱਜ ਸਾਰੇ ਦੇਸ਼ ਲਈ ਮਾਣ ਦੀ ਗੱਲ ਹੈ ਕਿ ਅੱਜ ਉਹ ਲੜਾਈ ਉੱਥੇ ਪਹੁੰਚ ਗਿਆ ਜਿੱਥੇ ਕਿਸਾਨ ਚਾਹੁੰਦਾ ਸੀ, ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ, ਅਸੀਂ ਵੀ ਉਦੋਂ ਦਾ ਨਾਲ ਇੱਥੇ ਬੈਠੇ ਹਾਂ, ਔਰ ਅੱਜ ਕਿਸਾਨ ਵੀ ਇੱਥੇ ਪਹੁੰਚ ਗਿਆ, ਚੰਗੀ ਗੱਲ ਹੈ। ਕਿਸਾਨ ਵੀ ਇੱਥੇ ਪਹੁੰਚ ਗਿਆ, ਸੰਸਦ ਦੀ ਅੰਦਰ ਦੀ ਗੱਲ ਕੀਤੀ ਜਾਵੇ, ਸੈਸ਼ਨ ਚੱਲ ਰਿਹਾ, ਅੰਦਰ ਦੀ ਕਾਰਵਾਈ ਕਿਸ ਤਰ੍ਹਾਂ ਦੀ ਹੁੰਦੀ, ਕਿਸ ਤਰ੍ਹਾਂ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਂਦਾ? ਬਿਲਕੁਲ ਜੀ, ਠੋਕ ਕੇ ਜਿੱਦਣ ਦੀ ਪਾਰਲੀਮੈਂਟ ਚੱਲ ਰਹੀ ਹੈ, ਅਡਜਰਨਮੈਂਟ ਮੋਸ਼ਨ ਅਸੀਂ ਲੈ ਕੇ ਆਉਂਦੇ ਹਾਂ, ਸਰਕਾਰ ਨੂੰ ਮੰਨਦੀ ਨਹੀਂ, ਗੱਲ ਕਰਨ ਲਈ ਸਰਕਾਰ ਰਾਜੀ ਨਹੀਂ, ਅਸੀਂ ਤਗੜੇ ਹੋ ਕੇ ਕਿਸਾਨੀ ਮੁੱਦੇ ਦੇ ਉੱਤੇ ਸਾਡੀ ਸਾਰੀ ਪਾਰਟੀ ਡੇ ਵਨ ਤੋਂ, ਚਾਹੇ ਉਹ ਘੰਟੇ ਲਈ ਅਡਜਰਨ ਹੋਵੇ ਚਾਹੇ 2 ਘੰਟੇ ਲਈ, ਅਸੀਂ ਉੱਥੇ ਜਾ ਕੇ ਫਿਰ ਦੁਬਾਰਾ ਹਾਊਸ ਅਡਜਰਨ ਕਰਾਈਦਾ, ਵੀ ਜਾਂ ਤਾਂ ਗੱਲ ਕਰੋ, ਕਿਸਾਨ ਦੇ ਬਿੱਲ ਰੱਦ ਕਰੋ, ਨਹੀਂ ਤਾਂ ਅਸੀਂ ਹਾਊਸ ਨਹੀਂ ਚੱਲਣ ਦਿੰਦੇ। ਹਾਊਸ ਨਹੀਂ ਚੱਲਣ ਦੇ ਰਹੇ, ਕਿਸਾਨਾਂ ਵੱਲੋਂ ਵੀ ਲਿਖਿਆ ਗਿਆ ਸੀਗਾ ਵਿਰੋਧੀ ਪਾਰਟੀਆਂ ਨੂੰ ਕਿ ਇਕਮੁੱਠ ਹੋ ਕੇ ਉਹ ਵਿਰੋਧ ਕਰਨ, ਸੋ ਅੰਦਰ ਸਾਰੀਆਂ ਪਾਰਟੀਆਂ ਇਕਮੁੱਠ ਹੋ ਕੇ ਵਿਰੋਧ ਕਰ ਰਹੀਆਂ ਜਾਂ ਆਪਣੇ ਆਪਣੇ ਪਲੇਟਫਾਰਮ ਦੇ ਵਿਰੋਧ? ਸਿਰਫ ਦੇਖੋ, ਕਾਂਗਰਸ ਪਾਰਟੀ ਡਟ ਕੇ ਵਿਰੋਧ ਕਰ ਰਹੀ ਹੈ, ਹੋਰ ਕੋਈ ਪਾਰਟੀ ਵਿਰੋਧ ਨਹੀਂ ਕਰਦੀ। TMC ਵਾਲੇ ਜਿਨ੍ਹਾਂ ਨੂੰ ਇਹਨਾਂ ਨੇ ਸਰਕਾਰ ਬਣਾਉਣ ਬੰਗਾਲ ਗਏ ਸੀ, ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ, ਉਹਨਾਂ ਨੇ ਜੇ ਇੱਕ ਦਿਨ ਵੀ ਤੁਹਾਡੇ ਮੁੱਦੇ ਦੇ ਅੰਦਰ ਗੱਲ ਨਹੀਂ ਕੀਤੀ, ਰੋਜ਼ ਕੋਈ ਨਵਾਂ ਮੁੱਦਾ ਆਪਣੇ ਏਰੀਏ ਦਾ ਲੈ ਕੇ ਆਉਂਦੇ ਨੇ, ਪਰ ਤੁਹਾਡੇ ਦੀ ਅਜੇ ਕੋਈ ਗੱਲ ਨਹੀਂ ਕੀਤੀ। ਅਕਾਲੀ ਦਲ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ? ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ, ਭਗਵੰਤ ਮਾਨ ਵੀ ਉੱਥੇ ਆ, ਪਰ ਅਕਾਲੀ ਦਲ ਅੱਜ ਦੇਖੋ 4 ਵਜੇ ਅਡਜਰਨ ਹੋਣਾ ਸੀ ਹਾਊਸ, ਅਕਾਲੀ ਦਲ ਦਾ ਕੋਈ ਵੀ ਨਹੀਂ ਸੀ ਉੱਥੇ ਹੈਗਾ, ਇਹ ਤਾਂ ਸਾਨੂੰ ਪੈਰ ਪੈ, ਕਿਉਂਕਿ ਉੱਥੇ ਸਟਰੈਂਥ ਚਾਹੀਦੀ ਆ ਵੀ ਉੱਥੇ ਹਾਊਸ ਅਡਜਰਨ ਕਰਾਉਣਾ। ਹਾਂ, ਜਾਂ ਤਾਂ ਤੁਸੀਂ ਸਵੇਰੇ ਆਏ ਨਹੀਂ, ਫਿਰ ਗੱਲ ਠੀਕ ਹੈ, ਪਰ ਜੇ ਤੁਸੀਂ ਆ ਕੇ ਹਾਜ਼ਰੀ ਲਵਾ ਕੇ ਚਲੇ ਜਾਂਦੇ ਜੀ, ਤਾਂ ਬਾਕੀ ਹਾਊਸ ਕਿੱਦਾਂ ਅਡਜਰਨ ਹੋਊਗਾ ਜੀ? ਇਹਦਾ ਮੁੱਦਾ ਬਾਹਰ ਤੁਹਾਨੂੰ ਚੱਕ ਕੇ ਰੱਖਣਾ ਪਊਗਾ, ਹਾਊਸ ਅਡਜਰਨ ਕਰਾਉਣਾ ਪਊਗਾ। ਸੋ ਪੰਜਾਬ ਸਿਆਸਤ ਦੀ ਥੋੜ੍ਹੀ ਗੱਲ ਕਰ ਲੈਂਦੇ ਹਾਂ, ਮਾਹੌਲ ਕਾਫੀ ਗਰਮਾਇਆ ਹੋਇਆ ਪੰਜਾਬ ਸਿਆਸਤ ਦਾ ਸਿੱਧੂ ਨੂੰ ਲੈ ਕੇ, ਸੋ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਿਆਸਤ ਦਾ ਮਾਹੌਲ? ਚੰਗੀ ਗੱਲ ਹੈ, ਹਰ ਬੰਦੇ ਦੀ ਜ਼ਬਾਨ ਦੇ ਉੱਤੇ ਕਾਂਗਰਸ ਦੀ ਗੱਲ ਹੋ ਰਹੀ ਹੈ, ਕਾਂਗਰਸ ਪਾਰਟੀ ਪਾਵਰ 'ਚ ਆ ਰਹੀ ਹੈ, ਸਿੱਧੂ ਸਾਹਿਬ ਦੀ ਜਿਹੜੀ ਕੱਲ੍ਹ ਜਿਹੜੀ ਉਹਨਾਂ ਨੇ ਅਹੁਦਾ ਸੰਭਾਲਣਾ ਆ, ਸਾਰੀ ਕਾਂਗਰਸ ਪਾਰਟੀ ਉੱਥੇ ਹਾਜ਼ਰ ਹੋਣੀ ਆ, ਅੱਜ ਸਾਰਿਆਂ 'ਚ ਉਤਸ਼ਾਹ ਆ, ਚੰਗੀ ਗੱਲ ਹੈ, ਕਾਂਗਰਸ ਹਾਈ ਕਮਾਂਡ ਨੇ ਜਿਹੜਾ ਵੀ ਫੈਸਲਾ ਲਿਆ, ਅਸੀਂ ਸਾਰੇ ਇੱਕ ਮੁੱਠ ਉਹਦੇ ਨਾਲ। ਪਰ ਕੈਪਟਨ ਸਾਹਿਬ ਕਿਤੇ ਨਾ ਕਿਤੇ ਹਲੇ ਵੀ ਨਾਰਾਜ਼ ਦਿਖ ਰਹੇ ਨੇ। ਨਾਰਾਜ਼ ਨਹੀਂ, ਦੇਖੋ ਫਾਦਰ ਫਿਗਰ ਨੇ, ਸਾਡੇ ਬਜ਼ੁਰਗ ਨੇ, ਕਈ ਗੱਲਾਂ ਹੁੰਦੀਆਂ ਨੇ ਪਰਿਵਾਰ ਦੇ ਅੰਦਰ ਹੀ ਨੇ ਨਾ, ਪਰਿਵਾਰ ਦੇ ਬਾਹਰ ਤਾਂ ਕੁਛ ਨਹੀਂ ਨਾ, ਪਰਿਵਾਰ ਦੇ ਸਾਰੇ ਘਰਾਂ 'ਚ ਕਿਤੇ ਨਾ ਕਿਤੇ ਹੋ ਜਾਂਦਾ। ਔਜਲਾ ਸਾਹਿਬ, ਫਿਰ ਕੈਪਟਨ ਸਾਹਿਬ ਕੱਲ੍ਹ ਪਹੁੰਚਣਗੇ ਤਾਜਪੋਸ਼ੀ 'ਤੇ ਕਿ ਨਹੀਂ? ਬਿਲਕੁਲ, ਕੈਪਟਨ ਸਾਹਿਬ ਆਉਣਗੇ, ਕੈਪਟਨ ਸਾਹਿਬ ਦੇ ਨਾਲ ਜਾਵਾਂਗੇ ਅਸੀਂ ਸਾਰੇ, ਕੈਪਟਨ ਸਾਹਿਬ ਗੱਲਬਾਤ ਹੋਗੀ। ਬਿਲਕੁਲ, ਕੈਪਟਨ ਸਾਹਿਬ ਦੀ ਕੁਦਰਤੀ ਦੇਖੋ, ਜੋ ਕੈਪਟਨ ਸਾਹਿਬ ਨੇ ਪਹਿਲੇ ਦਿਨ ਕਿਹਾ ਸੀ ਵੀ ਜੋ ਕਾਂਗਰਸ ਪ੍ਰੈਜੀਡੈਂਟ ਫੈਸਲਾ ਲੈਣਗੇ ਮੈਂ ਉਹਦੇ ਨਾਲ, ਅਸੀਂ ਸਾਰੇ ਨਾਲ ਹੈ। ਇੱਕ ਪ੍ਰੋਟੋਕੋਲ ਹੁੰਦਾ ਨਾ ਜਦੋਂ ਪ੍ਰਧਾਨ ਬਣਦਾ, CM ਵੀ ਕੋਈ ਅਨਾਊਂਸਮੈਂਟ ਕਰਦੇ, ਹਾਲੇ ਤੱਕ ਕੋਈ CM ਵੱਲੋਂ ਕੋਈ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ ਗਿਆ। ਇਹਦੇ ਕਾਰਨ ਕਿ ਕੱਲ੍ਹ ਸਾਰਾ ਕੁਛ ਹੀ ਹੋਏਗਾ, ਸਾਰਾ ਕੁਛ ਹੀ ਹੋਏਗਾ, ਸਾਰੀ ਗੱਲਬਾਤ CM ਸਾਹਿਬ ਦੇ ਲੈਵਲ 'ਤੇ, CP ਕਾਂਗਰਸ ਪ੍ਰੈਜੀਡੈਂਟ ਨਾਲ ਹੋ ਕੇ ਸਾਰਾ ਕੁਛ ਹੀ ਉਹ ਵਧੀਆ ਤਰੀਕੇ ਦੇ ਨਾਲ ਕੱਲ੍ਹ ਜਿਹੜੀ ਤਾਜਪੁੱਛੀ ਉਹ 'ਚ ਜਦੋਂ ਸ਼ਿਰਕਤ ਹੀ ਕਰ ਗਏ, ਜਦੋਂ ਕਿਸੇ ਦੇ ਵਿਆਹ 'ਚ ਚਲੇ ਜਾਓ ਤਾਂ ਮਤਲਬ ਖੁਸ਼ੀ ਤੁਸੀਂ ਵਡਾਉਣ ਗਏ ਜੀ, ਖੁਸ਼ੀਆਂ ਇਹ ਹੁੰਦੀਆਂ ਨੇ, ਗਿਲੇ ਸ਼ਿਕੇ ਖਤਮ ਹੋ ਜਾਣਗੇ, ਬਿਲਕੁਲ ਹੋਣਗੇ। 2022 ਦਾ ਚਿਹਰਾ ਕੌਣ ਹੋ ਸਕਦਾ? 2022 ਦਾ ਚਿਹਰਾ ਮੈਂ ਤਾਂ ਅਨਾਊਂਸ ਨਹੀਂ ਕਰਨਾ, ਇਹ ਤਾਂ ਕਾਂਗਰਸ ਪਾਰਟੀ ਦਾ ਫੈਸਲਾ ਹੁੰਦਾ, ਮੈਂ ਕੋਈ ਗੱਲ ਕਰਾਂ ਤਾਂ ਉਹ ਸਾਡੇ ਦਾਇਰੇ ਤੋਂ ਬਾਹਰ ਹੋ ਜਾਂਦੀ ਹੈ, ਛੋਟਾ ਵਰਕਰ ਹੈ, ਇੰਨੀ ਵੱਡੀਆਂ ਜੇ ਰੱਬ ਨੇ ਮਤਲਬ ਹੋ, ਤੁਸੀਂ ਪੰਜਾਬ ਦੇ 13 ਮੈਂਬਰਾਂ 'ਚੋਂ ਇੱਕ MP ਕੋ ਤਾਂ ਹੈਗਾ, ਤਾਂ ਪਰ MP ਕੋ ਇਹ ਕਿਤੇ ਲਿਖਿਆ ਨਹੀਂ ਕਿ MP ਅਨਾਊਂਸ ਕਰੂਗਾ, ਜੇ ਤਾਂ ਮੇਰੇ ਕੋਲ ਜੇ ਤਾਂ ਮੈਨੂੰ ਕਹਿ ਦੇ ਕਾਂਗਰਸ ਪ੍ਰੈਜੀਡੈਂਟ ਵੀ ਅਨਾਊਂਸ ਕਰ, ਫਿਰ ਤਾਂ ਮੈਂ ਕਹਿ ਦਿਆਂ, ਅਤੇ ਹੁਣ ਮੈਂ ਮੀਡੀਆ 'ਤੇ ਕਹਿੰਦਾ ਕਿ ਗੁਰਜੀਤ ਔਜਲਾ ਦੱਸੂਗਾ, ਇਹ ਤਾਂ ਨਹੀਂ ਹੁੰਦਾ, ਇਹ ਤਾਂ ਜਿਹੜਾ ਅਧਿਕਾਰ ਖੇਤਰ ਹੈ ਉਹ ਕਾਂਗਰਸ ਹਾਈ ਕਮਾਂਡ ਕੋਲ ਹੁੰਦਾ, ਉਹਨਾਂ ਨੇ ਫੈਸਲਾ ਕਰਨਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਵੱਡਾ ਸਵਾਲ ਸੀ, ਕੈਪਟਨ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਜਾਣਗੇ ਤਾਜਪੁਸ਼ੀ 'ਤੇ, ਨਹੀਂ ਗੁਰਜੀਤ ਸਿੰਘ ਔਜਲਾ ਦੱਸ ਰਹੇ ਨੇ ਕਿ ਕੈਪਟਨ ਸਾਹਿਬ ਜ਼ਰੂਰ ਜਾਣਗੇ, ਇੱਕ ਵੱਡਾ ਸਵਾਲ ਸੀ ਜਿਹਦਾ ਖੁਲਾਸਾ ਕੀਤਾ ਗਿਆ, ਅੱਜ ਦੇਖਣਾ ਹੋਏਗਾ ਆਉਣ ਵਾਲਾ ਸਮਾਂ ਪੰਜਾਬ ਕਾਂਗਰਸ ਅਤੇ ਕਿਸਾਨਾਂ ਲਈ ਕਿਸ ਤਰ੍ਹਾਂ ਦਾ ਹੁੰਦਾ। ਦਿੱਲੀ ਤੋਂ ਕੈਮਰਾ ਪਰਸਨ ਅਕਾਸ਼ਦੀਪ।